ਕਾਕਾ ਵੀ ਕਿਰਾਂ ਲੋਕਾਂ ਵਿੱਚ ਐਸਾ ਬਿਆਨ ਖਣਾਉਣ ਤੂੰ ਹੋਵੇਂ ਤੇ ਹੱਸਣ ਲੋਕੀ ਨਾ ਹੋਵੇਂ ਤੇ ਰੋਣ ਡੀਐਮਐਚ ਨਿਊਜ਼ ਤੋਂ ਰੋਮਿਓ ਜਾਲਗ ਤੁਹਾਡੀ ਖਿਦਮਤ ਵਿੱਚ ਪੰਜਾਬ ਕਚਲ ਲੈ ਕੇ ਫੇਰ ਆਜ਼ਰ ਹੋਇਆ ਤੇ ਮੇਰੇ ਸੋਹਣੇ ਭੈਣ ਭਰਾਓ ਇਹ ਪ੍ਰੋਗਰਾਮ ਇੰਡੀਆ ਚ ਬੜਾ ਵੇਖਿਆ ਜਾ ਰਿਹਾ ਹੈ ਤੇ ਮਨੂੰ ਸਰਦਾਰ ਸਾਹਿਬ ਨੇ ਮੈਸੇਜ ਭੇਜਿਆ ਹੈ ਉਹਨਾਂ ਦਾ ਬੇਪਾਕ ਪ੍ਰੋਗਰਾਮ ਚੱਲਦਾ ਹੈ ਤੇ ਉਹਦੇ ਵਿੱਚੋਂ مختلف ਚੀਜ਼ਾਂ ਬਖਾਂਦੇ ਨੇ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਰੋਮੀਓ ਸਾਹਿਬ ਤੁਸੀਂ ਕਲਚਰ ਦੇ ਬਾਰੇ ਵਿੱਚ ਆਪਣੇ ਪੰਜਾਬ ਦੇ ਕਲਚਰ ਦੇ ਬਾਰੇ ਵਿੱਚ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ ਸਾਡੇ ਪੰਜਾਬ ਦਾ ਵੀ ਜ਼ਿਕਰ ਕਰਦੇ ਹੋ ਤੇ ਮੈਂ ਉਹਨਾਂ ਨੂੰ ਵੀ ਦਾਵਤ ਦਿੱਤੀ ਹੈ ਕਿ ਤੁਸੀਂ ਵੀ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਇਆ ਕਰੋ ਤੁਸੀਂ ਮਤਲਬ ਇੰਨਾ ਕਲਚਰ ਤੇ ਤੁਸੀਂ ਪ੍ਰੋਗਰਾਮ ਕਰਦੇ ਹੋ ਤੇ ਅਸੀਂ ਜਿਹੜਾ ਛੋਟਾ ਮੋਟਾ ਪ੍ਰੋਗਰਾਮ ਪੇਸ਼ ਕਰ ਰਹੇ ਪੰਜਾਬ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਤੇ ਸਾਂਝ ਪਾ ਰਹੇ ਆ ਤੇ ਤੁਸੀਂ ਵੀ ਸਾਂਝ ਪਾਓ ਤੇ ਇਹ ਬੜੀ ਸਾਡੇ ਵਾਸਤੇ ਬੜੀ ਸੋਹਣੀ ਗੱਲ ਹੋਏਗੀ ਕਿ ਤੁਹਾਡੇ ਨਾਲ ਸਾਡਾ ਜਿਹੜਾ ਲਿੰਕ ਹੈਗਾ ਉਹ ਜਾਏਗਾ ਲੋਕੀ ਸੁਣਣਗੇ ਤੁਹਾਡੇ ਪੰਜਾਬ ਦੇ ਬਾਰੇ ਵਿੱਚ ਸਾਡੇ ਪੰਜਾਬ ਦੇ ਬਾਰੇ ਵਿੱਚ ਕੀ ਤਰੱਕੀਆਂ ਹੋਈਆਂ ਕੀ ਮਤਲਬ ਹੈ ਇੱਥੇ ਕਿਸਾਨਾਂ ਨੇ ਮਜ਼ਦੂਰਾਂ ਨੇ ਮਿਹਨਤਕਸ਼ਾਂ ਨੇ ਸ਼ੈਰੀਆਂ ਨੇ ਕੀ ਸਾਂਝ ਪਾਈਏ ਪੰਜਾਬ ਦੇ ਕਲਚਰ ਦੇ ਬਾਰੇ ਵਿੱਚ ਤੇ ਬੜੀ ਸੋਹਣੀ ਗੱਲ ਹੈ ਦੇਖੋ ਨਾ ਅਸੀਂ ਲੋਕੀ ਪੰਜਾਬ ਦੇ ਬਾਰੇ ਇੰਨੀ ਸੋਹਣੀਆਂ ਗੱਲਾਂ ਕਰਦੇ ਆਂ ਲੇਕਿਨ ਸਾਡੇ ہمسਾਇਆ ਪੂਨਗ ਦੇ ਵੀਟੇ ਗੱਲ ਚਲੀ ਗਈ ਹੋਈ ਹੈ ਕਿ ਉੱਥੇ ਡੀਐਮਚ ਨਿਊਜ਼ ਤੇ ਪੰਜਾਬ ਦੇ ਕਲਚਰ ਦੇ ਬਾਰੇ ਚ ਗੱਲ ਹੋ ਰਹੀ ਹੈ ਇਹ ਅਣੀ ਸੋਚਣ ਵਾਲੀ ਗੱਲ ਹੈ ਅਸੀਂ ਲੜਾਈਆਂ ਝਗੜਿਆਂ ਦੀ ਬੈ ਆਏ ਆਂ ਅਸੀਂ ਕਿਹੜੀ ਮਤਲਬ ਮੰਜਿਲ ਵੱਲ ਰਵਾਧਵਾਏ ਗਏ ਕਿਸ ਨੇ ਪੁੱਛਿਆ ਕਿ ਕਿਸਾਨਾਂ ਨੂੰ ਬੀਜ ਬੋਣ ਵਾਸਤੇ ਕੀ ਖਾਦ ਚਾਹੀਦੀ ਹੈ ਹਕੂਮਤ ਕੀ ਕਰ ਰਹੀ ਹੈ ਉਹਨਾਂ ਨੂੰ ਕਿਹੜਾ ਕਰਜ਼ਾ ਦੇਰੇ ਇਹ ਨਹੀਂ ਦੇ ਰਹੀ ਪਾਣੀ ਦਾ ਕੀ ਇੰਤਜ਼ਾਮ ਹੈ ਨਹਿਰੀ ਨਿظام ਦਾ ਕੀ ਨਿظام ਹੈ ਇਹ ਕੋਈ ਪਤਾ ਨਹੀਂ ਹਕੂਮਤਾਂ ਨੂੰ ਆਪਣੀ ਆਪਣੀ ਪਈ ਹੋਈ ਹੈ ਇਹਨਾਂ ਨੂੰ ਆਪਣੀ ਆਪਣੀ ਪਈ ਹੋਈ ਹੈ ਇਹ ਸਾਡੀ ਸਮਝ ਤੋਂ ਬਾਹਰ ਹੋ ਰਿਹਾ ਕੰਮ ਔਰ ਖਾਸ ਕਰ ਪੰਜਾਬ ਦੇ ਵਿੱਚ ਦੂਸਰੇ ਸੂਬੇ ਦੇ ਮਾਸ਼ਾਅੱਲਾ ਆਪਣੇ ਚਾਰ ਨਾਲ ਬੈਠੇ ਨੇ ਕੰਮ ਕਰ ਰਹੇ ਨੇ ਤੇ ਉਹਨਾਂ ਦੀ ਹਕੂਮਤਾਂ ਵੀ ਉਹਨਾਂ ਨਾਲ ਤਾਲਮਲ ਕਰ ਰਹੀਆਂ ਮੈਂ ਵੀ ਕਹਾਂਗਾ ਕਿ ਪੰਜਾਬ ਹਕੂਮਤ ਨੂੰ ਚਾਹੀਦਾ ਹੈ ਕਿ ਇਹ ਬੜਾ ਜ਼ਰੂਰੀ ਹੈ ਸਾਡੇ ਕਿਸਾਨਾਂ ਨੂੰ مشوره ਦੇਣ ਤੇ ਬੜਾ ਜ਼ਰੂਰੀ ਆਣ ਵਾਲਾ ਜਿਹੜਾ ਕਣਕ ਹੈਗੀ ਹੈ ਉਹ ਜ਼ਿਆਦਾ ਮਿqdaਰ ਚ ਪੈਦਾ ਹੋਵੇ ਸਾਨੂੰ ਆਟੇ ਨੂੰ ਤਰਸਣਾ ਨਾ ਪਵੇ ਹੁਣ ਇੱਕ ਅੱਧ 10 ਕਿਲੋ ਦਾ ਆਟਾ ਸ਼ਹਿਰੀ ਜਿਹੜੇ ਨਾ ਉਹ شناختੀ ਕਾਰਡ ਨੰਬਰ ਲਗਾ ਕੇ ਤੇ ਲੈ ਰਹੇ ਨੇ ਕਿੰਨੀ ਅਜੀਬ ਜੀ ਗੱਲ ਹੈਗੀ ਹੈ ਜਦ ਕਿ ਅਸੀਂ ਇੰਨੀ ਕਣਕ ਪੈਦਾ ਕਰ ਰਹੇ ਹਾਂ ਤੇ ਸਾਡੇ ਹਿਸਾਬ ਦੇ ਕੰਮ ਹੀ ਨਹੀਂ ਗਾ ਉਥੇ ਜਿਹਨਾਂ ਅੰਬਰ ਦੀ ਆਟਾ ਉਹਦੇ ਦੂਸਰੇ ਸੂਬਿਆਂ ਨੂੰ ਵੀ ਸਪਲਾਈ ਕਰਦੇ ਨੇ ਉਹਨਾਂ ਦੇ 3% ਜਿਹੜੀ ਇਹ ਕਲਕ ਇੰਨੇ ਇੱਥੇ ਪੈਦਾ ਹੋ ਰਹੀ ਹੈ ਅਸੀਂ 1% ਤੇ ਗਏ ਸੀ ਤੇ ਬੜੀ ਸੋਚਣ ਵਾਲੀ ਗੱਲ ਹੈ ਸਾਡੇ ਐਗਰੀਕਲਚਰ ਮੈਂ ਪਹਿਲੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀਗਾ ਸੈਂਟਰ ਖਤਮ ਹੁੰਦੇ ਜਾ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਪੜਾਉ ਵੀ ਨਹੀਂ ਰਹਾ ਔਰ ਕਲਚਰ ਦੇ ਬਾਰੇ ਤਾਲੀਮ ਵੀ ਨਹੀਂ ਦੇ ਰਹਾ ਸਿਰਫ ਇੱਕ ਸਰੀ ਯੂਨੀਵਰਸਿਟੀ ਰਹਿ ਗਈ ਉਹ ਫੈਸਲਾਬਾਦ ਓਦੇ ਬਾਅਦ ਕੋਈ ਯੂਨੀਵਰਸਿਟੀ ਬਣਾਈ ਤੁਸੀਂ ਲਾਹੌਰ 'ਚ ਬਣਾਈ ਹੈ ਫੈਸਲਾਬਾਦ ਫੈਸਲਾਬਾਦ ਤੇ ਹੈਗੀ ਗੁਜਰਾਵਾਲੇ ਗੁਜਰਾਤ ਇਹ ਮੰਡੀ ਬਹੁਤ ਦੀ ਮਤਲਬ ਛੋਟੇ ਛੋਟੇ ਸਕੂਲ ਹੀ ਕਾਇਮ ਕਰ ਲੋ जिसे कल्चर वास्ते कोई तरक्की हो असी तरह अगे बदना है किस तरह कड़क है सब्जियों को है फलों में बधा और पैदावार कि ज्यादा ज्यादा करनी है यह बड़ी सोचने वाली गल है लेकिन असी नहीं कर रहे असी और चक्कर पै हैं असी चक्कर पैसे हैं जिंद कोई ओण ना ना बछाण ना है मैं तो पहले भी कहा इलैक्शन आएंगे वोट पा के जोड़ी हुकूमत हैगी लिया कोई भी आए ਅੱਜ ਉਹਨਾਂ ਵਿਧਾਇਕਾਂ ਨੂੰ ਵੀ ਸੋਚਣਾ ਪਵੇਗਾ ਨਾ ਤੁਸੀਂ ਸੜਕਾਂ ਬਲਾਕ ਕਰ ਰਹੇ ਹੋ ਤੁਸੀਂ ਬੁਲਾਹ ਚੀਜ਼ ਬਲਾਕ ਕਰ ਰਹੇ ਹੋ ਤੁਸੀਂ ਮਾਰ ਕਟਾਈ ਕਰ ਰਹੇ ਹੋ ਤੁਸੀਂ ਬੁਲਾਹ ਚੀਜ਼ ਨੂੰ ਰੋਕ ਰਹੇ ਹੋ ਇਹ ਕਿਉਂ ਰੋਕ ਰਹੇ ਹੋ ਤੁਸੀਂ ਆਪਣੇ ਬੰਦਿਆਂ ਨੂੰ ਕਹੋ ਜਾ ਆਪਣੇ ਘਰਾਂ ਦੇ ਵਿੱਚ ਜਾਓ ਜਦੋਂ ਇਲੈਕਸ਼ਨ ਹੋਣਗਾ ਵੇਖੀ ਜਾਏਗੀ ਤੁਸੀਂ ਕਿਉਂ ਜੋਸ਼ ਦਿਵਾ ਰਹੇ ਹੋ ਕੀ ਮਕਸਦ ਹੈਗਾ ਅਸੀਂ ਤਾਂ ਜ਼ਰਾਜ ਅਸੀਂ ਪਿੱਛੇ ਚਲੇ ਗਏ ਆ ਬਹੁਤ ਉਧਰ ਰਮਜ਼ਾਨਾ ਆਣ ਆਲਾ ਵੰਗਾਈ ਬਹੁਤ ਜ਼ਿਆਦਾ ਹੋ ਗਈ ਹੈ ਕੋਈ ਸਬਸਿਡੀ ਦੇਣ ਦੀ ਪ੍ਰੋਗਰਾਮ ਅਗਰ ਹਕੂਮਤ ਬਣਾ ਰਹੀ ਹੈ ਤੇ ਉਹਨੂੰ ਕਹੋ ਬਣਾ ਕੇ ਦੇਵੇ ਐਨਨ ਨੂੰ ਕੋ ਸੋਲਦਾ ਦਵੇ ਕੋ ਪਟ્રોલ ਦੇ ਬਾਅਦ ਸ਼ਬਾਸ਼ ਸ਼ਰੀਫ ਨੇ ਕਿਹਾ ਕਿ 50% ਪਟ્રોલ ਘਟਾਵਾਂਗਾ ਤੇ ਉਹ ਫੋਰੀ ਤਰ ਤੇ ਅਮਲ ਦਰ ਹਮੇਸ਼ਾ ਸ਼ੁਰੂ ਕਰੇ ਚਲੋ ਥੋੜਾ ਬੋਧੋ ਤੋਂ ਕਰੋ ਨਾ ਅਗਰ ਆਟੇ ਦੀ ਤੁਸੀ ਸਪਲਾਈ ਕਰਨ ਲੱਗੇ ਹੋ 10 ਕਿਲੋ ਦਾ ਤੇ ਤੁਸੀਂ ਜਿਹੜਾ ਮੈਸੇਜ ਦੇ ਰਹੇ ਹੋ ਨਾ ਇਹ ਵੀ ਤੁਸੀਂ ਮੈਸੇਜ ਦਿਓ ਕਿ ਇਹ ਜਿਹੜਾ ਹੈ ਨਾ ਆਮ ਦੁਕਾਨਾਂ ਤੇ ਮਿਲੇਗਾ ਕਿੱਥੇ ਮਿਲੇਗਾ ਇਹ ਚੀਜ਼ਾਂ ਸੋਚਣ ਵਾਲੀਆਂ ਨੇ ਤੇ ਹਕੂਮਤਾਂ ਅਗਰ ਕੋਸ਼ਿਸ਼ ਕਰ ਲੀਆਂ ਚਲੋ ਕਰਨ ਦਿਓ ਇਹ ਜੀਜ਼ਾਂ ਅਸੀਂ ਮਤਲਬ ਬਹੁਤ ਪਿੱਛੇ ਜਾ ਰਹੇ ਹਾਂ ਸ਼ਾਂਤੀ ਆਪਣਾ ਲਈ ਪਸਾ ਸੀ ਕੀ ਕਰਨ ਲੱਗੇ ਆ ਕੀ ਨਹੀਂ ਹੋਣ ਲੱਗਾ ਸ਼ਹਿਰੀ ਪਰੇਸ਼ਾਨ ਹੈ ਬੱਚੇ ਸਕੂਲ ਨਹੀਂ ਜਾ ਸਕਦੇ ਸੜਕਾਂ ਬੰਦ ਨੇ ਹੈ ਔਰ ਟ੍ਰੇਨ ਨਾ ਬਣੀ ਹੁੰਦੀ ਮੈਟਰੋ ਡੇ ਨਾ ਬਣੀ ਹੁੰਦੀ ਬੱਚੇ ਸਕੂਲ ਹੀ ਨਹੀਂ ਜਾ ਸਕਦੇ ਉਹ ਕੰਮ ਇਸ ਕੰਮ ਉਹਨਾਂ ਨੇ ਅਸੀਂ ਤਾਂ ਕਰਦੇ ਫੁੱਦੂ ਫੁੱਦੂ ਉਹ ਠੀਕ ਹੈ ਖਾ ਫੁੱਦੂ ਇਹ ਕਹਿ ਸੀਗੇ ਉਹ ਲੇਕਿਨ ਉਹਨਾਂ ਨੇ ਕੁਝ ਤਾਂ ਕੰਮ ਕੀਤਾ ਕੁਝ ਤਾਂ ਟ੍ਰੇਨਾਂ ਚਲਾਉਂਦੀਆਂ ਸ਼ਹਿਰ ਦੇ ਵਿੱਚ ਬੱਸਾਂ ਚਲਾਉਂਦੀਆਂ ਕੋਈ ਥੋੜਾ ਬਹੁਤ ਆਇਆ ਤੇ ਇਹ ਸਿਆਸਤਦਾਨਾਂ ਦਾ ਕੰਮ ਹੈ ਸਿਆਸਤਦਾਨਾਂ ਦਾ ਕੰਮ ਹੈ ਕੋ ਸਹੂਲਤਾਂ ਦੇਣੀਆਂ ਸਾਨੂੰ ਅਗਰ ਉਹ ਨਹੀਂ ਸਹੂਲਤਾਂ ਦੇਣਗੇ ਪਿੰਡਾਂ ਚ ਨਹੀਂ ਦੇਣਗੇ ਸ਼ਹਿਰਾਂ ਚ ਨਹੀਂ ਦੇਣਗੇ ਤਾਂ ਕਿਸ ਤਰ੍ਹਾਂ ਕਾਰੋਬਾਰ ਚੱਲੇਗਾ ਕਿਸ ਤਰ੍ਹਾਂ ਅਸੀਂ ਅੱਗੇ ਵਧਾਂਗੇ ਅਸੀਂ ਨਹੀਂ ਅੱਗੇ ਵਧ ਸਕਦੇ ਅਸੀਂ ਤਾਂ ਸੋਚ-ਸੋਚ ਕੇ ਪਾਗਲ ਹੋ ਜਾਂਦੇ ਆ ਕੱਲ ਕੀ ਬਣਨਾ ਪਰਸੋ ਕੀ ਬਣਨਾ ਉਦੋਂ ਰਮਜ਼ਾਨ ਆਣਾ ਲੈ ਇਹ ਚੀਜ਼ਾਂ ਮੈਂ ਆਪਣੇ ਸਿਆਸਤਦਾਨਾਂ ਨੂੰ ਵੀ ਸਮਝਾਉਣਾ ਚਾਹੁੰਦਾ ਪੰਜਾਬ ਕੱਲ ਚੱਲਦਾ ਤਾਂ ਹੀ ਕਿ ਦੇਖੋ ਮੇਰੀ ਗੱਲ ਸੁਣੋ ਇਹ ਚੀਜ਼ਾਂ ਜਿਹੜੀਆਂ ਐ ਇਲੈਕਸ਼ਨ ਦੀ ਚੰਗੀਆਂ ਲੱਗਦੀਆਂ ਨੇ ਇਲੈਕਸ਼ਨ ਤੁਸੀਂ ਦਲਤਾਂ ਦੀ ਜੋ ਸੋਵਰੀ ਜੋਲਦਾਲ ਤਾਂ ਤੁਹਾਨੂੰ ਬੁਲਾਉਂਦੀਆਂ ਨੇ ਤੁਹਾਨੂੰ ਲੀਨ ਵੀ ਦਿੰਦੀਆਂ ਨੇ ਮਾਸ਼ਾਅੱਲਾ ਉਹ ਕੰਮ ਕੋਈ ਨਹੀਂ ਗਿਆ ਤੁਸੀਂ ਜਾਓ ਤੁਰ ਕੇ ਆ ਜਾਓ ਜੈਸਰਾ ਵੀ ਹੈਗਾ ਤੁਸੀਂ ਪੱਜੇ ਪਾਟ ਇਕੱਠੇ ਕਰਕੇ ਸ਼ਹਿਰੀਆਂ ਨੂੰ ਤਕਲੀਫ ਦੇ ਰਹੇ ਹੋ ਪੰਜਾਬੀਆਂ ਨੂੰ ਪਰੇਸ਼ਾਨ ਕਰ ਰਹੇ ਹੋ ਇਹ ਚੰਗੀਆਂ ਗੱਲਾਂ ਨਹੀਂ ਹਿੰਗੀਆਂ ਉਹ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹ ਸ਼ਹਿਰ ਨਹੀਂ ਆ ਸਕਦੇ ਉਹ ਸ਼ਹਿਰ ਵਾਲੇ ਪਿੰਡਾਂ 'ਚ ਨਹੀਂ ਜਾ ਸਕਦੇ ਰਸਤੇ ਬੰਦ ਹੋ ਜਾਂਦੇ ਨੇ ਚਾਰੇ ਤਰਫ ਰਸਤੇ ਬੰਦ ਹੋ ਜਾਂਦੇ ਨੇ ਤੇ ਜਿਹੜੀਆਂ ਹੁਣ ਵੀ ਆਜ ਬੱਚੀ ਨੂੰ ਮੈਂ ਔਰੈਂਟ੍ਰੇਨ ਤੇ ਛੱਡ ਗਏ ਆਂ ਜੇ ਰਸਤਾ ਬੰਦੇਗਾ ਜੀ ਉਹਦੇ ਕੋ ਰਸਤਾ ਨਹੀਂ ਜਾ ਸਕਦਾ ਮਾਹਨੋੜ ਤੇ ਅਸੀਂ ਜਾਣ ਨਹੀਂ ਸਕਦੇ ਉਥੇ ਰਸਤੇ ਇਹ ਚੀਜ਼ਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਮੇਰੇ ਸੋਹਣੇ ਭੈਣ ਭਰਾਓ ਮੇਰੇ ਸਿਆਸਤਦਾਨੋ ਇਹਨਾਂ ਚੀਜ਼ਾਂ ਨੂੰ ਵੇਖੋ ਅਸੀਂ ਕਿੱਧਰ ਜਾ ਰਹੇ ਆਂ ਉਹ ਇਲੈਕਸ਼ਨ ਤੇ ਹੁੰਦੇ ਰਹਿਣਗੇ ਇਲੈਕਸ਼ਨ ਅਸਰ ਤੁਸੀਂ ਮਤਲਬ ਰੋਣਾ ਨਾ ਲੋਗ ਆਪਣੀ ਮੂਹਰਸ਼ਨ ਨੂੰ ਦੇਖ ਕੇ ਅਸੀਂ ਡੁੱਬਦੇ ਜਾ ਰਹੇ ਆਂ ਇੱਥੇ ਸਬਜ਼ੀ ਲੈਣ ਚਲੇ ਜਾਓ ਫਰੋ ਲੈਣ ਚਲੇ ਜਾ ਉਹਦਾ ਭਾਅ ਪੁੱਛੋ ਤੇ ਲੋਕੀ ਪਰੇਸ਼ਾਨ ਹੋ ਜਾਂਦੇ ਨੇ ਅਸੀਂ ਕੀ ਰਸਮੋ ਰਿਵਾਜ ਕਰਨੇ ਨੇ ਅਸੀਂ ਕੀ ਲੋਕਾਂ ਨੂੰ ਬੁਲਾਣਾ ਪੰਜਾਬੀਆਂ ਚ ਤਾਂ ਮਹਿਮਾਨ ਨਵਾਦੀ ਬੜੀ ਹੁੰਦੀ ਸੀ ਉਹ ਚਾਰ ਬੰਦੇ ਆਉਂਦੇ ਸੀ ਲੋਕੀ ਖੁਸ਼ ਹੋ ਜਾਂਦੇ ਸੀਗੇ ਹੁਣ ਕਿਸੇ ਦਾ ਘਰ ਬੰਦਾ ਮਹਿਮਾਨ ਚਲਾ ਜਾਵੇ ਕੋਈ ਤੇ ਉਹ ਲੋਕੀ ਪਰੇਸ਼ਾਨ ਹੋ ਜਾਂਦੇ ਨੇ ਉਹ ਕੀ ਪਕਾਈਏ ਨੂੰ ਜੋ ਆਲੂ ਸਬਜ਼ੀ ਪੱਕੀ ਫਿਰ ਉਹ ਹੀ ਧਰ ਦਈਏ ਪਹਿਲੇ ਤਾਂ ਹੁੰਦਾ ਸੀ ਨਾ ਮਹਿਮਾਨ ਆਇਆ ਉਹ ਫੜਾ ਫੜਾ ਮੁਰਗਾ ਲਾਇਆ ਯਾਰ ਜਾ ਕੇ ਔਰ ਜੇ ਉਹ ਬੋਇਲਰ ਵੀ ਨਹੀਂ ਹੁੰਦਾ ਸੀ ਅੱਗੇ ਸੀ ਮੁਰਗਾ ਫੜ ਲਿਆ ਮਹਿਮਾਨ ਆਇਆ ਮਹਿਮਾਨ ਦੀ ਬੜੀ ਇੱਜ਼ਤ ਹੋ ਰਹੀ ਹੈ ਕਿ ਮਹਿਮਾਨ ਉਹ ਮਹਿਮਾਨ ਵੀ ਇੱਕ ਰਹਿਮਤ ਹੁੰਦੀ ਹੈ ਮਹਿਮਾਨ ਵੀ ਕਦੇ-ਕਦੇ ਆਉਂਦਾ ਹੈ ਜੇ ਮਹਿਮਾਨ ਨੂੰ ਅਸੀਂ ਸਬਜ਼ੀ ਦਾਲ ਹੀ ਖਵਾਣੀ ਹੈ ਅਗਲਾ ਵੀ ਕਹਿੰਦਾ ਯਾਰ ਮੈਨੂੰ ਸਬਜ਼ੀ ਦਾਲ ਖਵਾਈ ਸੀ ਮਤਲਬ ਕਿਉਂ ਇਹਦੀ ਮਹਿੰਗਾਈ ਦੀ وجہ ਨਾਲ ਮਹਿੰਗਾਈ ਦੀ وجہ ਨਾਲ ਲੋਕੀ ਪਰੇਸ਼ਾਨ ਹੋ ਜਾਂਦੇ ਨੇ ਕਿ ਮਹਿਮਾਨ ਆਇਆ ਤੇ ਮਹਿਮਾਨ ਨੂੰ ਅਸੀਂ ਕੀ ਖਵਾਣਾ ਉਹਦੇ ਚ ਕੀ ਲਿਆ ਜਾਣਾ ਅਗਰ ਤੁਹਾਡਾ ਰਸਤਾ ਬੰਦ ਹੋਏਗਾ ਤੁਹਾਡੀ ਚੀਜ਼ਾਂ ਬੰਦ ਹੋਣਗੀਆਂ ਤੁਸੀਂ ਮਹਿਮਾਨ ਨੂੰ ਕੁਝ ਵੀ ਨਹੀਂ ਦੇ ਸਕਦੇ ਜੋ ਘਰ ਚ ਪੱਕਾ ਫਿਰ ਉਹੀ ਰਹੋਗੇ ਨਾ ਲੇਕਿਨ ਸ਼ਰਮਿੰਦਗੀ ਕਿਉਂ ਹੁੰਦੀ ਹੈ ਨਾ ਇਹ ਦੂਸਰੇ ਇਲਾਕਿਆਂ 'ਚ ਕਿਉਂ ਨਹੀਂ ਹੈ ਸਾਡੇ ہمسਾਇਆ ਮੁਲਕਾਂ 'ਚ ਕਿਉਂ ਨਹੀਂ ਹੈ ਸਾਡੇ ਦੂਸਰੇ ਇਲਾਕਿਆਂ 'ਚ ਕਿਉਂ ਨਹੀਂ ਹੈ ਇਹ ਬੜੀ ਸੋਚਣ ਵਾਲੀ ਗੱਲ ਹੈ ਅਸੀਂ ਇੰਨੇ ਪਿਆਲੇ ਆ ਇੰਨੇ ਸਾਡੀ ਮਤਲਬ ਹੈ ਕਲਚਰ ਨੂੰ ਦਿਮਗ ਲੱਗ ਗਈ ਹੈ ਅਸੀਂ ਇੰਨੇ ਪੰਜਾਬੀ ਰਹਿ ਗਏ ਆ ਕਿ ਅਸੀਂ ਇੱਕ ਦੂਸਰੇ ਨਾਲ ਸਾਥ ਨਹੀਂ ਦੇ ਸਕਦੇ ਹੁਣ ਅਸੀਂ ਇੱਕ ਦੂਸਰੇ ਨੂੰ ਮਤਲਬ ਹੈ ਮਹਿਮਾਨ ਨੂੰ ਆਦੀ ਵੀ ਨਹੀਂ ਕਰ ਸਕਦੇ ਅਸੀਂ ਕਿਸੇ ਨੂੰ ਅੱਛਾ ਖਲਾਵ ਹੀ ਨਹੀਂ ਸਕਦੇ ਉਹ ਪਹਿਲੇ ਤੋਂ ਅੰਦਾਜ਼ ਸੀ ਨਾ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦਵਾ ਭਾਵੇਂ ਕੋਕਮ ਦਾ ਕੋਈ ਵੀ ਆਣ ਉਹ ਦੇਖੋ ਪਹਿਲੇ ਸਬਜ਼ੀਆਂ ਤੇ ਮਨਿਸਟ੍ਰੇਟ ਆਂਦਾ ਸੀ ਛਾਪੇ ਮਾਰਦਾ ਸੀ ਤੂੰ ਸਬਜ਼ੀ ਇਹ ਰੇਟ ਤੇ ਨਹੀਂ ਵੇਚ ਰਿਆ ਤੂੰ ਇਸ ਰੇਟ ਤੇ ਵੇਚ ਰਿਆ ਤੈਨੂੰ ਜੁਰਮਾਨਾ ਹੋ ਗਿਆ ਤੈਨੂੰ ਖਨਾ ਹੋ ਗਿਆ ਹਰ ਕੋਈ ਡਰਦਾ ਸੀ ਪਰ ਚੂਨ ਵਾਲਾ ਵੀ ਡਰਦਾ ਸੀ ਸਬਜ਼ੀ ਵਾਲਾ ਵੀ ਡਰਦਾ ਸੀ ਫਲ ਵਾਲਾ ਵੀ ਡਰਦਾ ਸੀ ਸਾਡੇ ਪੰਜਾਬ ਦੇ ਸੂਟੇ ਵਾਲੇ ਹੋ ਗਈਏ ਕਿ ਹਾਂ ਨਾ ਉਹ ਪੰਜਾਬੀ ਸਬਜ਼ੀ ਖਾ ਸਕਦੇ ਆ ਆਪਣੇ ਆਪਣੇ ਰੇਟ ਲਾਏ ਨੇ ਰੇੜੀਆਂ ਵਾਲਿਆਂ ਨੇ ਆਪਣੇ ਲਾਏ ਨੇ ਸ਼ਹਿਰੀ ਬਹੁਤ ਪਰੇਸ਼ਾਨ ਨੇ ਸ਼ਹਿਰੀ ਇਸ ਮਹੌਲ ਚ ਪੰਜਾਬੀ ਲਾਹੌਰ ਗੁਜਰਾਵਾਲਾ ਗੁਜਰਾਤ ਇਹਨਾਂ ਸ਼ਹਿਰ ਚ ਰਹਿੰਦੇ ਨੇ ਬਹੁਤ ਪਰੇਸ਼ਾਨ ਨੇ ਪਿੰਡਾਂ ਦਾ ਵਾਦੇ ਉਹਨਾਂ ਨੂੰ ਸਬਜ਼ੀ ਮਿਲ ਰਹੀ ਹੈ ਉਹਨੂੰ ਸਬਸਾ ਫਰੂਟ ਵੀ ਮਿਲ ਰਿਹਾ ਉਹਨੂੰ ਗੋਸ਼ਤ ਵੀ ਮਿਲ ਰਿਹਾ ਲੇਕਿਨ ਸ਼ਹਿਰੀ ਦਾ ਕੀ ਕਸੂਰ ਹੈ ਸ਼ਹਿਰੀ ਦਾ ਕੀ ਕਸੂਰ ਹੈ ਕਿ ਪੰਜਾਬੀ ਨੇ ਨੂੰ ਸੋਚਣ ਵਾਲੀ ਗੱਲ ਹੈ ਨਾ ਕਿ ਇਹ ਇਹ ਚੀਜ਼ਾਂ ਜੋ ਪਹਿਲੇ ਕਦੇ ਹੋਈਆਂ ਨਹੀਂ ਸੀਗੀਆਂ ਸ਼ਹਿਰ ਦੇ ਵਿੱਚ ਹਮੇਸ਼ਾ ਸਬਜ਼ੀ ਵੀ ਸਸਤੀ ਹੁੰਦੀ ਸੀ ਮੈਂ ਇੱਕ ਵਾਰੀ ਆਈ ਤਾਂ ਕੋਈ 15 20 ਸਾਲ ਪਹਿਲੇ ਜਦੋਂ ਮੈਂ ਪਿੰਡ ਦਾ ਮਾਹੌਲ ਵੀ ਆਖਿਆ ਨਾ ਕਿ ਪਿੰਡ ਦੇ ਮੈਂ ਸਰਵੇ ਕਰਦਾ ਸੀ ਹਰ ਇਲਾਕੇ 'ਚ ਮੈਂ ਜਾਂਦਾ ਸੀ ਇਹ ਮੇਰਾ ਹੋਰ ਸੀਗਾ ਪਿੰਡਾਂ ਦੇ ਲੋਕੀ ਕਿਸ ਤਰ੍ਹਾਂ ਰਹਿੰਦੇ ਨੇ ਕਿਸ ਤਰ੍ਹਾਂ ਖਾਂਦੇ ਨੇ ਕੀ ਉਹਨਾਂ ਦੀ ਰੱਤ ਲੱਗੀ ਹੈ ਕੀ ਉਹਨਾਂ ਦੀ ਰਸਮਾਂ ਰਿਵਾਜ ਹੈਗੀ ਹੈ ਮੈਨੂੰ ਬੁਲਾਉਂਦੇ ਸੀ ਤੇ ਮੈਂ ਜਾਂਦਾ ਸੀ ਤੇ ਉਹ ਮੋਂ ਪਿੰਡਾਂ 'ਚ ਸਰਵੇ ਵੀ ਕੀਤਾ ਉਹਨਾਂ ਜ਼ਮਾਨਿਆਂ 'ਚ ਪਿੰਡਾਂ 'ਚ ਕੰਦੇ ਸੀ ਸ਼ਹਿਰ ਨਾਲੋਂ ਪਿੰਡ ਮਹਿੰਗੇ ਨੇ ਉਹ ਮੈਂ ਕਿਹਾ ਕੀ ਉਹ ਕਹਿੰਦਾ ਜੀ ਤੁਹਾਡੇ ਸ਼ਹਿਰ 'ਚ ਤਾਂ ਸਬਜ਼ੀ ਬੜੀ ਸਸਤੀ ਹੈ ਫਰੂਟ ਵੀ ਮਿਲ ਜਾਂਦਾ ਤੁਹਾਨੂੰ ਸਬਜ਼ੀ ਵੀ ਇਹ ਪਿੰਡਾਂ 'ਚ ਨਾ ਸਬਜ਼ੀ ਆ ਸਕਦੀ ਹੈ ਨਾ ਫਰੂਟ ਆ ਸਕਦਾ ਤੇ ਇਥੇ ਆਪਣੀ ਮਰਜ਼ੀ ਨਾਲ ਹੁਣ ਉਹ ਪਿੰਡ ਵਾਲੇ ਕਹਿੰਦੇ ਨੇ ਕਿ ਸ਼ਹਿਰ ਮਹਿੰਗਾਈ ਹੈ ਤੇ ਅਸੀਂ ਇਹ ਚੀਜ਼ਾਂ ਨੂੰ ਸੋਚਿਆ ਹੀ ਨਹੀਂ ਅਸੀਂ ਅਹੀਂ ਆਖਦੇ ਰਹੇ ਜੀ ਯਾਰ ਇਹ ਹੋ ਜਾਏਗਾ ਉਹ ਹੋ ਜਾਏਗਾ ਅਸੀਂ ਆਹ ਮਰਦੇ ਰਹੇ ਫਿਰਦੇ ਰਹੇ ਅਸੀਂ ਮਤਲਬ ਇਹ ਇਹਨਾਂ ਚੀਜ਼ਾਂ ਨੂੰ ਸਾਨੂੰ ਸੋਚਣਾ ਪਵੇਗਾ ਉਹ ਜਿਹੜੇ ਬਰਸਰ ਇਕਤਜ਼ਾਰ ਹੈਗੇ ਨੇ ਉਹਨਾਂ ਨੂੰ ਮੈਂ ਉਹਨਾਂ ਨੂੰ ਕੋ ਗੁਜ਼ਾਰਿਸ਼ ਕਰਾਂਗਾ ਚਾਹੇ ਉਹ ਨਿਗਰਾਨ ਹਕੂਮਤੇ ਹੋਣ ਚਾਹੇ ਵਰਸਨਕ ਤਰਨ ਵਜ਼ੀਰ ਇਹਲਾ ਆਏ ਉਹਨਾਂ ਨੂੰ ਸੋਚਣਾ ਪਏਗਾ ਕਿ ਅਸੀਂ ਕੋਈ ਪੰਜਾਬ ਦੇ ਵਿੱਚ ਲੋਕਾਂ ਨੂੰ ਵੀ ਰਲੀਫ ਦੇਣਾ ਹੈ ਕੋਈ ਪੰਜਾਬੀਆਂ ਦਾ ਕੋਈ ਪਿਹੜਾ ਪਿਹੜੇ ਨਹੀਂ ਹੁੰਦੇ ਪੰਜਾਬੀਆਂ ਨੇ ਕੋਈ ਜ਼ੁਲਮ ਨਹੀਂ ਕੀਤਾ ਪੰਜਾਬੀਆਂ ਦੇ ਕੋਈ ਤੁਸੀਂ ਮਤਲਬ ਹਸਦ ਕਰ ਕਰ ਕੇ ਪੰਜਾਬੀਆਂ ਦਾ ਪਿਹੜਾ ਕਰ ਕਰ ਦਿੱਤਾ ਤੁਸੀਂ ਫਿਰ ਇਲਜ਼ਾਮ ਪੰਜਾਬੀਆਂ ਤੇ ਲਾਦੇ ਹੋ ਜੀ ਤੁਸੀਂ ਬੰਗਲਾਦੇਸ਼ ਨੂੰ ਲਾਦਾ ਕੀਤਾ ਤੁਸੀਂ ਉਸ ਨੂੰ ਨੂੰ ਲਾਦਾ ਕੀਤਾ ਪੰਜਾਬੀਆਂ ਨੇ ਕੀਤਾ ਔ ਯਾਰ ਪੰਜਾਬੀਆਂ ਦੇ ਕੋ ਰੈਮ ਕਰਾ ਹੁਣ ਪੰਜਾਬ ਦਾ ਸੁਭਾ ਇਨਾ ਵੱਡਾ ਸੁਭਾ ਤੁਹਾਨੂੰ ਕੜਕ ਦਿੰਦਾ ਤੁਹਾਨੂੰ ਮਕਈ ਦਿੰਦਾ ਉਹ ਤੁਹਾਡੇ ਪਹਾੜਾਂ ਤੱਕ ਪਹੁੰਚਾਉਂਦਾ ਪਸ਼ਾਵਰ ਨੂੰ ਦਿੰਦਾ بلوچستان ਆਪਣੇ ਸਾਰੇ ਤਿੰਨਾਂ ਭਰਾਵਾਂ ਨੂੰ ਉਹ ਖਵਾਉਂਦਾ ਓਏ ਉਹਨੂੰ ਪੈਦਾਵਾਰ ਤੇ ਬੁਲਾਓ ਉਹਦੀ ਕਣਕ ਦੀ ਪੈਦਾਵਾਰ ਤੇ ਬੁਲਾਓ ਤੁਹਾਨੂੰ ਮੈਂ ਪਹਿਲੇ ਵੀ ਕਿਸੇ ਕਲ ਕੀਤਾ ਸੀਗਾ ਕਿ ਮੈਂ ਜਦੋਂ ਪਿੰਡ ਦੇ ਵਿੱਚ ਬੋਰ ਥੱਲੇ ਜਿਹੜਾ ਬਾਬੇ ਬੈਠੇ ਹੁੰਦੇ ਨੇ ਨਾ ਉਹਨਾਂ ਬੜੀ ਬੜੀ ਗੱਪਸ਼ਪ ਰਹਿੰਦੀ ਏ ਮੈਂ ਛਕੇ ਗਿਆ ਉੱਥੇ ਘਲੋਟੀਆਂ ਪਿੰਡੇਗਾ ਉੱਥੇ ਮੈਂ ਜਾ ਕੇ ਇੱਕ ਬਾਬੇ ਨੂੰ ਪੁੱਛਿਆ ਮੈਂ ਕਿਾ ਦੱਸ ਉੱਥੇ ਚਾਹ ਪੀਂਦਾ ਮੈਂ ਵੀ ਬਹਿ ਗਿਆ ਮੈਂ ਕਿਹਾ ਗੱਪਸ਼ਪ ਮਾਰੀਏ ਮੈਂ ਕਿਹਾ ਯਾਰ ਤੁਹਾਨੂੰ ਇੰਨੇ ਤੋਂ ਨਹੀਂ ਹੁਕਮਰਾਨ ਆਏ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਲੇਕਿਨ ਪੰਜਾਬ ਦੇ ਸੂਬੇ ਚ ਕਿੰਨੇ ਜ਼ਿਆਦਾ ਤਰੱਕੀ ਕਰਵਾਈ ਕਿਹੜੇ ਵਜ਼ੀਰ-ਏ-ਆਜ਼ਮ ਨੇ ਤਰੱਕੀ ਕਰਾਈ ਉਹ ਸੋਚੀ ਬਹਿ ਗਿਆ ਉਹਨੇ ਕਿਹਾ ਜੀ ਭੁੱਟੋ ਮੈਂ ਕਿਹਾ ਉਹ ਕਿਸ ਤਰ੍ਹਾਂ ਕਹਿੰਦਾ ਜੀ ਉਹ ਮੁਗਲ ਸਪਰੇ ਸਾਡਾ ਜਾਤਾਂ ਦੇ ذریعے ਹੁੰਦਾ ਸੀ ਤੇ ਖਾਸ ਸਾਨੂੰ ਸਸਤੀ ਮਿਲਦੀ ਸੀ ਉਹਨੇ ਬੜੀ ਤਰੱਕੀ ਕੀਤੀ ਪੰਜਾਬ ਚ ਕਣਕ ਦੇ ਮਾਰੇ ਚ ਮਤਲਬ ਹੈ ਸਬਜ਼ੀਆਂ ਕਣਕ ਬੜੀ ਵਾਫਰ ਮਿqdaਰ ਚ ਹੁੰਦੀ ਸੀ ਮੈਂ ਹੈਰਾਨ ਹੋ ਗਿਆ ਮੈਂ ਕਹਿੰਦਾ ਦੇਖੋ ਉਹ ਸਿੰਧ ਵਾਲਾ ਮਤਲਬ ਵਜ਼ੀਰ ਆਜ਼ਮ ਸੀ ਲੇਕਿਨ ਉਹ ਸੂਬਿਆਂ ਨੂੰ ਸਮਝਦਾ ਸੀ ਕਿਥੋਂ ਪੈਦਾਵਾਰ ਜ਼ਿਆਦਾ ਹੋਣੀ ਹੈ ਕਿੱਥੇ ਘਟਣੀ ਹੈ ਸਾਡੇ ਕਿਸੇ ਵੀ ਆ ਕੇ ਵਜ਼ੀਰ ਆਜ਼ਮ ਨੇ ਇਹ ਚੀਜ਼ ਨਹੀਂ ਸੋਚੀ ਉਹ ਤੁਸੀਂ ਪਿੰਡਾਂ ਕਹਿੰਦੇ ਜੈਸਾ ਦੇਸ਼ ਵੈਸਾ ਵੇਸ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਉਹ ਵਜ਼ੀਰ ਆਜ਼ਮ ਐਸਾ ਸੀ ਕੰਦਾ ਕਿ ਉਹ ਆ ਕੇ ਜਦੋਂ ਸਲਾਬ ਆਉਂਦੇ ਸੀ ਉਹ ਸਾਡੇ ਨਾਲ ਬੈ ਕੇ ਮੰਜੇ ਤੇ ਬੈ ਕੇ ਹੁੱਕਾ ਪੀਂਦਾ ਸੀ ਮਹਿਰਾਨ ਹੋਇਆ ਮੈਂ ਕਿਸ ਤਰ੍ਹਾਂ ਕਹਿੰਦਾ ਭੁੱਟੋ ਆਉਂਦਾ ਸੀ ਅਸੀਂ ਹੁੱਕਾ ਪੀ ਰਹੇ ਹੁੰਦੇ ਸੀ ਕਿ ਸਲਾਬ ਆਇਆ ਸੀ ਉੱਥੇ ਡੇਰਾ ਲਾਇਆ ਆਂਦਾ ਸੀ ਸਾਡੇ ਨਾਲ ਬੈ ਕੇ ਕਹਿੰਦਾ ਹੁੱਕਾ ਹੀ ਪੀ ਲਾਂਦਾ ਸੀ ਇਹ ਹੁੰਦੀ ਏ ਇਹ ਹੁੰਦੀ ਏ ਇੱਕ ਰਿਲੇਸ਼ਨਸ਼ਿਪ ਹੁੰਦੀ ਏ ਆਵਾਮ ਦੇ ਨਾਲ ਉਹ ਸਾਡੇ ਕਿਸੇ ਵਜ਼ੀਰਾਂ ਨੂੰ ਨਹੀਂ ਇਹ ਸੋਚਣਾ ਇਹ ਮਤਲਬ ਹੈ ਇਹ ਬੜਾ ਉਹ ਸੋਚਣਾ ਪੈਗਾ ਸਾਨੂੰ ਕਿ ਅਸੀਂ ਉਹਨਾਂ ਦੇ ਵਿੱਚ ਵੜੀਏ ਉਹਨਾਂ ਦੇ ਮਾਹੌਲ ਨੂੰ ਵੇਖੀਏ ਉਹਨਾਂ ਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਉਹਨਾਂ ਨੂੰ ਬੜੀ ਮੁਸ਼ਕਿਲ ਹੈਗੀ ਪਾਣੀ ਦੇ ਵਿੱਚ ਪਾਣੀ ਨਹਿਰ ਨਹਿਰੀ ਨਿظام ਸਾਡਾ ਦੁਨੀਆ ਤੋਂ ਸਭ ਤੋਂ ਬਿਹਤਰ ਨਿظام ਹੈ ਲੇਕਿਨ ਉੱਥੇ ਪਾਣੀ ਨਹੀਂ ਮਿਲਦਾ ਪਿਆ ਢੰਡਾ ਦੇ ਵਿੱਚ ਖੇਤੀ ਬਾੜੀ ਵਾਸਤੇ ਪਾਣੀ ਨਹੀਂ ਮੋਸਲ ਉਹ ਪਾਣੀ ਨੂੰ ਤਰਸਦੇ ਰਹਿੰਦੇ ਨੇ ਕਿ ਉਹ ਨਹਿਰ ਕਰਨੀ ਹੈ ਇਧਰੋਂ ਪਾਣੀ ਕੱਢਾਓ ਫਿਰ ਪਾਣੀ ਚੋਰੀ ਕਰਦੇ ਨੇ ਕੋਈ ਵੱਡੇ ਵੱਡੇ ਜ਼ਿੰਮੇਵਾਰ ਹੁੰਦੇ ਨੇ ਅਸੀਂ ਇੰਡੀਆ ਨਾਲ ਵੀ ਕੋਈ ਨਹੀਂ ਸਮਝੌਤਾ ਕੀਤਾ ਇੰਡੀਆ ਜਦੋਂ ਚੰਦਾ ਸਾਡਾ ਪਾਣੀ ਬੰਦ ਕਰ ਦਿੰਦਾ ਜਦੋਂ ਚੰਦਾ ਸਾਡਾ ਪਾਣੀ ਖੋਲ ਦਿੰਦਾ ਸਾਡਾ ਸਾਡਾ ਦਰਿਆ ਰਾਵੀ ਜਿਹੜਾ ਸੁੱਕਾ ਪਿਆ ਹੈ ਇਹ ਕਿਸੇ ਵਗਦਾ ਹੁੰਦਾ ਸੀਗਾ ਚਾਰੇ ਤਰਫ ਪਾਣੀ ਪਾਣੀ ਫੈਲਦਾ ਸੀਗਾ ਤੇ ਮੇਰੇ ਸੋਹਣੇ ਪਿੰਡ ਪਰੋ ਅਸੀਂ ਆਪਣੇ ਪਿੰਡਾਂ ਨੂੰ ਬਾਤ ਕਰਨਾ ਆਪਣੇ ਸ਼ਹਿਰਾਂ ਨੂੰ ਤਰੱਕੀ ਦੇਣੀ ਹੈ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ ਕਰਨੀਆਂ ਪੈਣਗੀਆਂ ਸਾਡਾ ਮਾਹੌਲ ਬੜਾ ਖਰਾਬ ਹੁੰਦਾ ਜਾ ਰਿਹਾ ਹੈ ਸਾਡਾ ਬਹੁਤ ਬਹੁਤ ਹੀ ਜ਼ਿਆਦਾ ਖਰਾਬ ਹੁੰਦਾ ਜਾ ਰਿਹਾ ਹੈ ਸਾਡੇ ਰਸਮੋ ਰਿਵਾਜ ਉਹਨਾਂ ਦਾ ਬੜਾ ਗਲਤ ਹੁੰਦਾ ਜਾ ਰਿਹਾ ਹੈ ਸਾਡੇ ਜਿਹੜੇ ਖਾਣ ਵਾਲੀਆਂ ਚੀਜ਼ਾਂ ਉਹਦੇ ਤੇ ਵੀ ਮਤਲਬ ਤੁਸੀਂ ਦਹੀਂ ਲਿਆਣ ਚਲੋ ਦਹੀਂ ਵੀ ਇੱਕ ਅਖਰੀ ਵਾਰ ਵੀ ਨਹੀਂ ਖਾ ਸਕਦਾ ਲੱਸੀ ਨਹੀਂ ਪੀ ਸਕਦਾ ਜਿਹੜੀ ਪੰਜਾਬ ਦੀ ਰਹਿਤ ਹੁੰਦੀ ਸੀ ਕਿ ਲੱਸੀ ਤੇ ਦਹੀਂ ਇਹ ਸੋਹਰੇ ਸਰੇ ਮਤਲਬ ਮੈਫਨ ਲੱਗੀ ਹੁੰਦੀਆਂ ਸੀਆਂ ਦਹੀਂ ਦੁੱਧ ਦੀ ਦੁਕਾਨਾਂ ਦੇ ਉੱਤੇ ਉਹ ਵੀ ਖਤਮ ਹੁੰਦੀਆਂ ਜਾ ਰਹੀਆਂ ਇੱਕ ਤਰਕਾ ਸਿਰਫ ਖਾ ਸਕਦਾ ਹੈ ਉਹ ਅਮੀਰ ਤਰਕਾ ਆਮ ਆਦਮੀ ਨਹੀਂ ਖਾ ਸਕਦਾ ਕਿ ਆਮ ਆਦਮੀ ਜਿਹੜਾ ਹੈਗਾ ਉਹ ਇਨਾਂ ਚੀਜ਼ਾਂ ਤੋਂ ਮਹਿਰੂਮ ਰਵੇ असी वह मे मैं वजीरेला मोहसिन नकवी का भी शुक्रगुजार है कि उन्हें थोड़ा जहा मेला लाया थी ए जलानी पार्क और उन्हें एक माहौल बनाया मैं मतलब इस चीज़ को लोगों ने भी एवरीशिएट किया कि यार इन्हें मेला ला के मैं उच्छा तो लो मैं क्या यार कहें जी बड़ी देर बाद दे मेला लगे एह जि माहौल बनाया मतलब सारा कुछ जो तो मजा आया ਚਾਗ ਵੀ ਪਕਦਾ ਪਿਆ ਮਕਈ ਦੀ ਰੋਟੀ ਵੀ ਆ ਸਾਰਾ ਚੀਜ਼ਾਂ ਵੀ ਲੋਕੀ ਖਾਣੇ ਨੇ ਬੜੇ ਖੁਸ਼ ਹੋ ਰਹੇ ਨੇ ਜਿਹੜੇ ਪੜੇ ਲਿਖੇ ਨੇ ਚੜੀਆਂ ਪੈਣਾ ਜੜੀਆਂ ਅੱਜ ਕੱਲ ਪਿੰਡਾਂ 'ਚ ਨਹੀਂ ਜਾਂ ਪਹਿਲੇ ਤਾਂ ਲੋਕੀ ਪਿੰਡਾਂ 'ਚ ਸ਼ੌਕਲਾ ਜਾਂਦੇ ਹੁੰਦੇ ਸੀਗੇ ਕਿ ਅਸੀਂ ਫਲਾਣ ਪਿੰਡ ਚੱਲੇ ਸਾਡਾ ਉੱਥੇ ਘਰ ਆ ਉਹ ਪਿੰਡ ਵੀ ਖਤਮ ਹੁੰਦੇ ਜਾ ਰਹੇ ਨੇ ਇੱਥੇ ਤੁਸੀਂ ਚਲੇ ਜਾਓ ਮਰੀਦ ਕਿਤੇ ਲੱਗੇ ਕਸੂਰ ਤੱਕ ਸਭ ਸੁਸਾਇਟੀਆਂ ਬਣ ਗਈਆਂ ਇੱਥੇ ਪਹਿਲੇ ਛੋਟੇ ਛੋਟੇ ਪਿੰਡ ਹੁੰਦੇ ਸੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਕੋਲ ਵੀ ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ ਜਿੱਥੇ ਲੋਕੀ ਜਾਂਦੇ ਸੀ ਸੈਰ ਕਰਨ ਵਾਸਤੇ ਛਲੀਆਂ ਲੱਗੀਆਂ ਹੋਈਆਂ ਮਟਰ ਲੱਗੇ ਆ ਆਲੂ ਲੱਗੇ ਹੋਏ ਆ ਕੜਗਾਂ ਲੱਗੀਆਂ ਹੋਈਆਂ ਲੋਕੀ ਸ਼ੌਕ ਨਾਲ ਜਾਂਦੇ ਸੀ ਦੇਖਣ ਵਾਸਤੇ ਜਾਂਦੇ ਸੀ ਉਹ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ ਤੁਹਾਡੇ ਦੇ ਸੁਸਾਇਟੀਆਂ ਬਣ ਗਈਆਂ ਪਿੰਡ ਖਤਮ ਹੋ ਗਏ ਇੱਥੇ ਬੰਦ ਰੋਡ ਦੇ ਪਿੰਡ ਹੁੰਦਾ ਸੀ ਇੱਥੇ ਧੁੱਪ ਸੜੀ ਹੁੰਦਾ ਸੀ ਇੱਕ ਪਿੰਡ ਉਦੋਂ ਲੋਕੀ ਫਿਲਮਾਂ ਬਣਦੀਆਂ ਸੀਗਾ ਇਹ ਬਸ਼ੀਰਾ ਫਿਲਮ ਉੱਥੇ ਬਣੀ ਸੀ ਉਹ ਸਾਡਾ ਦਿਹਾਤੀ ਮੋਲ ਬਿਲਕੁਲ ਖਤਮ ਹੋ ਕੇ ਰਹਿ ਗਿਆ ਅਸੀਂ ਬੜੇ ਖੁਸ਼ ਹੁੰਦੇ ਨੇ ਜਦੋਂ ਸ਼ਹਿਰਾਂ 'ਚ ਮੇਲੇ ਲੱਗਦੇ ਨੇ ਤੁਹਾਨੂੰ ਮੈਂ ਪਹਿਲੇ ਵੀ ਆਖਿਆ ਸੀ ਬੜੇ ਲੋਕੀ ਜਾਂਦੇ ਨੇ ਰਸ਼ ਹੋ ਜਾਂਦਾ ਕਿ ਪੈਰ ਧਾਣੇ ਨੂੰ ਵੀ ਜਗ੍ਹਾ ਨਹੀਂ ਹੁੰਦੀ ਉੱਥੇ ਇੰਨੇ ਲੋਕੀ ਰਸ਼ ਖਾ ਰਹੇ ਹੁੰਦੇ ਨੇ ਕਿਉਂਕਿ ਉਹ ਚੀਜ਼ਾਂ ਭੁੱਲ ਗਏ ਨੇ ਉਹ ਉਹ ਅੰਦਰ ਤੇ ਸਾਡੇ ਪੰਜਾਬ ਹੈ ਨਾ ਅੰਦਰ ਤੋਂ ਸਾਡੇ ਦਿਲ ਦੇ ਅੰਦਰ ਪੰਜਾਬ ਬਸਿਆ ਆਇਆ ਉਹਨਾਂ ਦੀ ਰੈਤਲ ਵਸੀ ਹੋਈ ਹੈ ਉਹਨਾਂ ਦੀ ਰਸਮਾਂ ਵਸੀ ਹੋਈਆਂ ਹਨ ਉਹਨਾਂ ਦੇ ਖਾਣੇ ਵਸੇ ਹੋਏ ਆ ਅਸੀਂ ਤਾਂ ਜਲਾਈ ਕੀ ਨਹੀਂ ਕਰਦੇ ਤੁਸੀਂ ਯੂਰਪ ਚਲੇ ਜਾਓ ਕਿਸੇ ਮੁਲਕ ਚਲੇ ਜਾਓ ਤੁਹਾਡਾ ਪੰਜਾਬੀ ਜਿਹੜਾ ਹੈਗਾ ਉਹ ਦਹੀਂ ਲੱਸੀ ਤੋਂ ਵਗੈਰ ਨਹੀਂ ਰਹਿੰਦਾ ਉਹਨੂੰ ਵੀ ਹਲਵਾ ਪੂੜੀ ਚਾਹੀਦਾ ਇਹ ਨਾਨ ਚਨੇ ਚਾਹੀਦੇ ਮਤਲਬ ਉਹਦਾ ਇੱਕ ਮਾਹੌਲ ਇੱਕ ਬਣਿਆ ਆ ਉਹ ਪਸੰਦੀ ਨਹੀਂ ਕਰਦਾ ਅੰਗਰੇਜ਼ੀ ਖਾਣੇ ਅੰਗਰੇਜ਼ੀ ਅਸਰ ਨਹੀਂ ਕਿਨੇ ਅੰਗਰੇਜ਼ੀ ਮਤਲਬ ਹਰ ਮੁਲਕ ਦਾ ਆਪਣਾ ਆਪਣਾ ਰੈਤਲ ਹੁੰਦੀ ਹੈ ਆਪਣੇ ਆਪਣੇ ਖਾਣੇ ਹੁੰਦੇ ਆਪਣੀ ਆਪਣੀ ਪਸੰਦ ਹੁੰਦੀ ਹੈ ਤੇ ਲੇਕਿਨ ਅਸੀਂ ਪੰਜਾਬ 'ਚ ਰਹਿ ਕੇ ਇਹ ਚੀਜ਼ਾਂ ਨਹੀਂ ਖਾ ਸਕਦੇ ਇਸ ਕਰਕੇ ਨਹੀਂ ਖਾ ਸਕਦੇ ਹਿੰਮਤਾਂ ਖਤਮ ਹੋ ਗਈਆਂ ਉਹ ਕੁਝ ਐਸਾ ਸਿਸਟਮ ਬਣਾਤਾ ਜਿਹਦੇ ਨਾਲ ਤੁਸੀਂ ਰੱਜ ਕੇ ਖਾ ਨਹੀਂ ਸਕਦੇ ਪਹਿਲੇ ਲੋਕੀ ਜਾਂਦੇ ਸੀ ਆਪਣੇ ਚਾਰ-ਚਾਰ ਪੰਜ-ਪੰਜ ਦੋਸਤਾਂ ਦਾ ਮਹਿਫਿਲ ਜਮਾਈ ਹੋਈ ਏ ਅੱਜ ਜੀ ਫੂਡ ਸਟਰੀਟ ਜਾ ਰਹੇ ਆ ਇਹ ਪੁਰਾਣੀ ਨਾਰਕਲੀ ਫੂਡ ਸਟਰੀਟ ਹੁੰਦਾ ਸੀ ਇੱਥੇ ਮੇਲਾ ਲੱਗਾ ਰਹਿੰਦਾ ਸੀਗਾ ਪਹਿਲੇ ਗਵਰਨਮੈਂਟ ਦੀ ਸੀ ਫਿਰ ਤੁਸੀਂ ਚੁੱਕ ਗਿਆ ਉਹਨੂੰ ਲੈ ਤਾ ਉੱਤੇ ਬਾਦਸ਼ਾਹ ਉੱਤੇ ਹੁਣ ਇੱਕ ਤਬਕਾ ਜਾਂਦਾ ਉੱਤੇ ਇੰਨੀ ਮਹਿੰਗਾਈ ਏ ਉੱਥੇ ਇੱਕ ਅਮੀਰ ਆਦਮੀ ਜਾਂਦਾ ਅਮੀਰ ਆਦਮੀ ਖਾਂਦਾ ਲੇਕਿਨ ਸਾਡੇ ਹਾਂ ਫਿਰ ਵੀ ਅੱਜਕੱਲ੍ਹ ਪੁਰਾਣੀ ਨਾਲਕਲੀ ਨੇ ਥੋੜਾ ਬਹੁਤਾ ਫੂਡ ਸਟਰੀਟ ਮਨ ਆਤੀ ਵੇਖਿਆ ਉੱਥੇ ਲੱਗੀ ਹੁੰਦੀ ਏ ਉੱਥੇ ਲੋਕੀ ਖਾਣਾ ਖਾ ਰਹੇ ਹੁੰਦੇ ਨੇ ਉੱਥੇ ਵੀ ਸਾਰਾ ਕੁਝ ਹੁੰਦਾ ਉੱਥੇ ਮੈਂ ਇੱਕ ਵੇਖਿਆ ਇੱਕ ਸਾਗ ਵਾਲਾ ਹੀ ਬੈਠਾ ਹੁੰਦਾ ਉਹ ਮੱਕਈ ਦੀ ਰੋਟੀ ਬਣਾ ਰਿਹਾ ਹੁੰਦਾ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਯਾਰ ਤੂੰ ਕਲਚਰ ਨੂੰ ਕੋਈ ਮਤਲਬ ਰੱਖਿਆ ਤਾਂ ਹੈ ਨਾ ਪੁਰਾਣੀ ਨਾਲਕਲੀ ਫੂਡ ਫਿਰ ਮੈਂ ਉੱਥੇ ਗਿਆ ਮੈਂਗਾ ਲੋਲ ਲੋਰੇ ਤੇ ਇਹਾ ਜਿਹਨੇ ਲੋਲ ਨਹੀਂ ਟੱਕਿਆ ਉਹ ਜੰਮਿਆ ਨਹੀਂ ਬਾਕੀ ਸਭ ਸ਼ੋਰ ਹੈ ਤੇ ਇਹ ਗੱਲ ਹੈਗੀ ਏ ਕਿ ਲੋਹੜ ਦੇ ਵਿੱਚ ਵੀ ਐਸੇ ਲੋਕ ਹੈ ਨੇ ਹਲੇ ਵੀ ਜਿਹੜਾ ਪੰਜਾਬ ਕਲਚਰ ਨੂੰ ਜਿਹਨਾਂ ਨੇ ਥੋੜਾ ਬੋਤਾ ਬਚਾਇਆ ਆਇਆ ਮੇਰੇ ਸੋਹਣੇ ਪਿਆਰ ਬਰੋ ਮੀਡੀਆ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਉਹ ਮੀਡੀਆ ਮੀਡੀਆ ਹੁੰਦਾ ਜੇ ਅਸੀਂ ਅਗਰ ਛੋਟੇ ਇਹਨੂੰ ਅਸੀਂ ਛੋਟੇ ਕੰਦ ਨੇ ਛੋਟੇ ਮੀਡੀਆ ਦਾ ਬੋਲ ਰਿਹਾ ਤੈਨੂੰ ਕੀ ਮੈਂ ਦਿੰਨਾ ਨੈਸ਼ਨਲ ਚੈਨਲ ਕੀ ਸਾਡੇ ਵੈਬ ਚੈਨਲ ਕੀ ਉਹਨਾਂ ਨੂੰ ਕੋਈ ਪਤਾ ਨਹੀਂ ਕਲਚਰ ਦਾ ਉਹਨਾਂ ਨੂੰ ਕੋਈ ਕੋਈ ਅਵੇਅਰਨੈਸ ਨਹੀਂ ਦੇ ਰਿਹਾ ਕਿਸੇ ਬਾਰੇ ਚ ਪਿੰਡਾਂ ਦੇ ਬਾਰੇ ਚ ਸ਼ਹਿਰਾਂ ਦੇ ਬਾਰੇ ਚ ਕੋਈ ਕਿਸੇ ਨੂੰ ਅਵੇਅਰਨੈਸ ਨਹੀਂ ਦੇ ਰਿਹਾ ਅਸੀਂ ਇੱਕ ਗੱਲਬਾਤਨੀ ਕਿਰਨ ਬਣ ਕੇ ਤੁਹਾਡੇ ਸਾਹਮਣੇ ਡੀਐਮਚ ਨਿਊਜ਼ ਇੱਕ ਪੰਜਾਬ ਕਲਚਰ ਦੇ حوالے ਨਾਲ ਦੇਖੋ ਨਾ ਮੇਰੇ ہمسਾਇਆ ਮੁਲਕ ਨੂੰ ਇੱਕ ਸਿੱਖ ਨੇ ਫੋਨ ਕੀਤਾ ਮਨੂੰ ਹੁਣੀ ਮੈਸੇਜ ਦਿੱਤਾ ਕਿ ਰੂਬੀਓ ਸਾਹਿਬ ਤੁਸੀਂ ਬੜਾ ਪਿਆਰਾ ਪ੍ਰੋਗਰਾਮ ਕਰਦੇ ਹੋ ਤੇ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ ਮਨੂੰ ਵੀ ਆਪਣੇ ਪ੍ਰੋਗਰਾਮ ਚ ਸ਼ਾਮਿਲ ਕਰੋ ਕਦੇ ਅਸਰ ਹੋਇਆ ਇਹ ਇਸ ਵਜ੍ਹਾ ਨਾਲ ਹੋਇਆ ਕਿ ਉਹਨਾਂ ਨੂੰ ਲੋਕਾਂ ਨੂੰ ਇਹਨਾਂ ਚੀਜ਼ਾਂ ਨਾਲ ਬੜੀ ਦਿਲਚਸਪੀ ਹੈ ਇਹਨਾਂ ਲੋਕਾਂ ਨਾਲ ਬੜਾ ਪਿਆਰ ਹੈ ਕਲਚਰ ਨਾਲ ਉਹ ਕਲਚਰ ਨੂੰ ਬੜਾ ਸਮਝਦੇ ਨੇ ਤੇ ਭੈਣ ਭਰਾ ਤੁਸੀਂ ਸ਼ਰਕਤ ਹੋਇਆ ਕਰੋ ਤੁਸੀਂ ਵੀ ਸ਼ਾਮਿਲ ਹੋਵੋ ਸਾਡੇ ਅਨਸਾਹੇ ਮੁਲਕ ਸ਼ਾਮਿਲ ਹੋ ਰਹੇ ਨੇ ਤੁਸੀਂ ਕਿਉਂ ਨਹੀਂ ਸ਼ਾਮਿਲ ਹੁੰਦੇ ਤੁਸੀਂ ਬਸ ਇਹ ਹੀ ਸਮਝਦੇ ਹੋ ਕਿ ਨਹੀਂ ਜੀ ਅਸੀਂ ਫੈਸ਼ਨੇਬਲ ਹੈਗੇ ਆ ਅਸੀਂ ਕੀ ਗੱਲ ਕਰਨੀ ਹੈ ਅਸੀਂ ਕੀ ਪੰਜਾਬੀ ਬੋਲਣਾ ਹੈ ਅਸੀਂ ਤਾਂ ਮਤਲਬ ਬਹੁਤ ਪੰਜਾਬੀ ਨੂੰ ਜ਼ੁਬਾਨ ਨੂੰ ਸਮਝਦੇ ਕੁਝ ਨਹੀਂ ਓਏ ਇਹ ਸਾਡੀ ਬ੍ਰੇਵਕੋਫੀ ਹੈ ਇਹ ਹੀ ਅਸਾਸੇ ਕੰਪਨੀ ਹੈ ਸਾਡੀ ਬੰਦਾ ਚਾਵੇ ਤੇ ਨਹੀਂ ਕੁਝ ਕੀ ਨਹੀਂ ਕੁਝ ਕਰ ਸਕਦਾ 우ਸਤਾਦ ਦਾਮਾਂ ਦਾ ਸ਼ੇਰ ਦੇ ਬੰਦਾ ਚਾਵੇ ਤੇ ਕੀ ਨਹੀਂ ਕੁਝ ਕਰ ਸਕਦਾ ਉਹ ਮੰਨੇ ਵਿਹਲਾ ਤੰਗ ਤੋਂ ਤੰਗ ਆਂਦਾ ਹੈ ਉਹ ਰਾਜਾ ਤੁਰੇ ਤੇ ਸਹੀ ਤਖਤਾਰੇ ਤੋਂ ਪੈਰਾ ਹੈ ਇਨਸਾਨਾਂ ਦਾ ਚੰਗ ਆਂਦਾ ਮੇਰੇ ਪੰਜਾਬੀਓ ਇਹ ਪੰਜਾਬੀ ਦੇ ਜਿਹੜੇ ਸ਼ਾਇਰ ਅਦੀਬ ਤੁਹਾਡੇ ਵਾਸਤੇ ਕੁਰਬਾਨੀਆਂ ਦਿੰਦੇ ਰਹ ਤੁਹਾਨੂੰ ਸਮਝਾਉਂਦੇ ਰਹ ਇੱਕ ਅਸੀਂ ਵੀ ਤੁਹਾਨੂੰ ਸਮਝਾਉਣ ਦੀ ਥੋੜੀ ਜਿਹੀ ਕੋਸ਼ਿਸ਼ ਕਰਨੇ ਪਏ ਆ ਅੱਲਾ ਕਰੇ ਤੁਹਾਡੀ ਸਮਝ ਵੀ ਕੁਝ ਗੱਲਾਂ ਸਾਡੀਆਂ ਆ ਜਾਣ ਤੇ ਨਾਜ਼ਰੀਨ ਐ ਮੈਂ ਤੁਹਾਨੂੰ ਸਮਝਾਂਦਾ ਰਵਾਂਗਾ ਗੱਲਾਂ ਕਰਦਾ ਰਵਾਂਗਾ ਤੇ ਮੈਂ ਹਕਮਰਾਨਾਂ ਨੂੰ ਇੱਕ ਥੋੜੀ ਜੀ ਗੱਲ ਕਰਾਂਗਾ ਤੁਸੀਂ ਪੰਜਾਬ ਦੇ ਬਾਰੇ ਵਿੱਚ ਥੋੜਾ ਜਿਆ ਕਰ ਦਿੱਤੇ ਹੋਗੇ ਉਹ ਇਹ ਥੋੜਾ ਜਿਆ ਇਹ ਦਿਹਾਤੀ ਜਿਹੜੇ ਸਾਡੇ ਪਿੰਡਾਂ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਨਹਿਰੀ ਪਾਣੀ ਦੀ ਥੋੜੀ ਤਕਲੀਫ ਹੈ ਖਾਦ ਦੀ ਤਕਲੀਫ ਹੈ ਤੇ ਇਹ ਤਕਲੀਫ ਹੈਗੀ ਹੈ ਸਪਰੇਅ ਦੀ ਤਕਲੀਫ ਹੈਗੀ ਹੈ ਇਹ ਵੀ ਦੂਰ ਕਰੋ ਸਾਡੀ ਕਣਕ ਜ਼ਿਆਦਾ ਤੋਂ ਜ਼ਿਆਦਾ ਅਸੀਂ ਪੈਦਾਵਾਰ ਕਰੀਏ ਤੇ ਅਸੀਂ ਖੁਸ਼ਹਾਲ ਹੋਈਏ ਠੀਕ ਹੈ ਔਰ ਕਣਕ ਦਾ ਵੀ ਬੰਦੋਬਸ ਕਰੋ ਕਿ ਸਮਗਲੀ ਨਹੀਂ ਨੋਵੇ ਸਾਨੂੰ ਆਟਾ ਵੀ ਲੋਕਾਂ ਦੇ ਘਰਾਂ ਚ ਮਿਲੇ ਇਹ ਖਾਸ ਤੁਸੀਂ ਲੋਟਿਸਟ ਵਾਲਾਂ ਤੇ ਭੇਜ ਦਿਓ ਵੀ ਗਲਤ ਹੈਗਾ ਸ਼ਹਿਰੀ ਬੜੇ ਪਰੇਸ਼ਾਨ ਨੇ ਪੰਜਾਬੀ ਬੜੇ ਪਰੇਸ਼ਾਨ ਨੇ ਇਹਨਾਂ ਪੰਜਾਬੀਆਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰੋ ਤੇ ਅਸੀਂ ਤਰੱਕੀ ਵਾਸਤੇ ਤੁਰੇ ਆ ਅਸੀਂ ਨਹੀਂ ਆਪਣੇ ਭਰਾਵਾਂ ਨਾਲ ਮਿਲ ਜੁਲ ਕੇ ਰਹਿਣਾ ਚਾਹੁੰਦੇ ਆ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਨਾ ਚਾਹੁੰਦੇ ਇਹ ਨਫ਼ਰਤ ਗੱਲਾਂ ਭੁਲਾ ਦਿਓ ਮੇਰਾ ਸਿਆਸਤਦਾਨਾ ਤੁਸੀਂ ਵੀ ਭੁਲਾ ਦਿਓ ਔਰ ਸਾਡੇ ਹਾਂ ਆਪਣੇ ਸੂਬੇ ਨੂੰ ਤਰੱਕੀ ਦਿਓ ਲੋਕ ਨੂੰ ਖਰਾਬ ਨਾ ਰਜਾਓ ਤੇ ਮਹਿਮਾਨ ਦੀ ਖਾਤਰ ਤਵਾਜ਼ਾ ਕਰੋ ਲੋਲੂ ਰੋਮੀਓ ਜਾਲ ਨੂੰ ਡੀਐਮਐਚ ਨਿਊਜ਼ ਤੋਂ ਇਸ ਦਾ ਇਜਾਜ਼ਤ ਦਿਓ ਕਿ ਸਾਡੀ ਗੱਲਬਾਤ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਤੇ ਘਰ ਘਰ ਪਹੁੰਚਾਓਗੇ ਤੇ ਸਾਨੂੰ ਬੜੀ ਖੁਸ਼ੀ ਹੋਏਗੀ ਕਿ ਤੁਸੀਂ ਸਾਡੀਆਂ ਗੱਲਾਂ ਤੇ ਕੁਝ ਅਮਲ ਕੀਤਾ ਕੁਝ ਸਾਡੀਆਂ ਗੱਲਾਂ ਤੇ ਹੁਕਮ ਨਾ ਨ ਤੱਕ ਵੀ ਪਹੁੰਚਿਆ ਨੇ ਰੋਮੀਓ ਜਾਲ ਨੂੰ ਇਥੋਂ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਾਸਤੇ ਰੱਬ ਰੱਖ